ਸਮੂਹ ਜਲੰਧਰ ਨਿਵਾਸੀਆਂ ਨੂੰ ਮੇਰੀ ਸਤਿ ਸ੍ਰੀ ਅਕਾਲ ਜੀ। ਆ ਕੋਵਿਡ-19 ਨੂੰ ਲੈ ਕੇ ਜਿਹੜਾ ਹੁਣ ਜਲੰਧਰ ਦੀ ਮੌਜੂਦਾ ਸਥਿਤੀ ਨੇ ਉਸੇ ਹੁਣ ਤੱਕ ਟੋਟਲ ਜਿਹੜੇ ਕਨਫਰਮਡ ਕੇਸਿਸ ਹੈਗੇ ਕਰੋਨਾ ਵਾਇਰਸ ਦੇ ਉਹ 16358 ਨੇ। ਜਿਸ ਤੋਂ ਇਸ ਸਮੇਂ ਜਿਹੜੇ ਐਕਟਿਵ ਕੇਸਿਸ ਹੈਗੇ ਉਹ 771 ਪੇਸ਼ੈਂਟ ਇਸ ਸਮੇਂ ਐਕਟਿਵ ਨੇ ਤੇ ਜਿਹੜੇ ਪੇਸ਼ੈਂਟ ਠੀਕ ਹੋ ਕੇ ਜਾ ਚੁੱਕੇ ਨੇ ਉਹ ਹੈਗੇ 15081% ਸੋ ਇਹਦੇ ਵਿੱਚ ਜਿਹੜੀ ਰਿਕਵਰੀ ਰੇਟ ਹੈ ਉਹ 90% ਤੋਂ ਉੱਤੇ ਜਿਹੜੀ ਰਿਕਵਰੀ ਰੇਟ ਹੈ ਤੇ ਹੁਣ ਤੱਕ ਜਿਹੜੀ ਹੈ ਮੋਰਟੈਲਿਟੀ ਹੈ ਡੈਥਸ ਜਿਹੜੀ ਹੋਈਆਂ ਨੇ ਉਹ 506 ਜਿਹੜੀ ਡੈਥ ਜਲੰਧਰ ਦੇ ਵਿੱਚ ਹੋਈਆਂ ਨੇ ਆ ਆਪ ਜੀ ਨੇ ਦੇ ਨਾਲ ਮੈਂ ਲਗਾਤਾਰ ਰੂਬਰੂ ਹੁੰਦਾ ਰਿਆਂ ਸਾਡੇ ਜਿਹੜਾ ਅਗਸਤ ਤੇ ਸਤੰਬਰ ਦਾ ਮਹੀਨਾ ਸੀਗਾ ਉਸ ਦੌਰਾਨ ਅਸੀਂ ਜਲੰਧਰ ਦੇ ਵਿੱਚ ਤਕਰੀਬਨ 4 ਤੋਂ 5000 ਜਿਹੜੇ ਟੈਸਟ ਹੈਗੇ ਡੇਲੀ ਹੋ ਰਹੇ ਸੀਗੇ ਤੇ ਅਗਸਤ ਤੇ ਸਤੰਬਰ ਇਹ ਐਪੀਡੈਮਿਕ ਸਾਡੇ ਜ਼ਿਲ੍ਹੇ ਦੇ ਵਿੱਚ ਪੀਕ ਲੈਵਲ ਤੇ ਸੀਗਾ ਜਦੋਂ ਸਾਨੂੰ ਤਕਰੀਬਨ ਜਿਹੜੀ 4-5000 ਦੀ ਡੇਲੀ ਸੈਂਪਲਿੰਗ ਹੁੰਦੀ ਸੀਗੀ ਉਸ ਤੋਂ ਵੀ 300 ਤੋਂ 350 ਜਿਹੜੇ ਕੇਸਿਸ ਡੇਲੀ ਆ ਰਹੇ ਸੀਗੇ ਤੇ ਲਗਭਗ 10 ਤੋਂ 15 ਜਿਹੜੀ ਡੈਥਸ ਐ ਡੇਲੀ ਰਿਪੋਰਟ ਹੋ ਰਹੀਆਂ ਸੀਗੀਆਂ ਉਸ ਤੋਂ ਬਾਅਦ ਜਿਹੜਾ ਅਕਤੂਬਰ ਦਾ ਮਹੀਨਾ ਰਿਹਾ ਉਹਦੇ ਵਿੱਚ ਜਿਹੜਾ ਇਹਦਾ ਕਾਫੀ ਟ੍ਰੈਂਡ ਘਟਿਆ ਜਦੋਂ ਫਿਰ ਵੀ ਅਸੀਂ ਟੈਸਟਿੰਗ ਉਨੀ ਰੱਖੀ ਲਗਭਗ ਤਕਰੀਬਨ ਅ 4 ਤੋਂ 5000 ਟੈਸਟ ਸਾਰੇ ਅਕਤੂਬਰ ਦੇ ਵਿੱਚ ਵੀ ਹੋਏ ਨੇ ਹੁਣ ਵੀ ਲਗਭਗ 19 ਟੈਸਟਿੰਗ ਜਾਰੀ ਹੈ ਕਿਉਂਕਿ ਅਸੀਂ ਚਾਹ ਰਹੇ ਹਾਂ ਵੀ ਟੈਸਟਿੰਗ ਦੇ ਵਿੱਚ ਕੋਈ ਕਮੀ ਨਾ ਹੋਵੇ ਤੇ ਅਕਤੂਬਰ ਦੇ ਮਹੀਨੇ ਵਿੱਚ ਸਾਡੇ ਕੋਲ ਇਹ ਪਰਸੈਂਟੇਜ ਜਿਹੜੀ ਘਟ ਗਈ ਸੀਗੀ ਪੋਜ਼ਿਟਿਵ ਰੇਟ ਦੀ ਤੇ ਤਕਰੀਬਨ 60-70 ਮਰੀਜ਼ੀ ਮਤਲਬ 300 ਤੋਂ ਘਟ ਕੇ 60 ਮਰੀਜ਼ ਡੇਲੀ 60-70 ਦੀ ਰੇਂਜ ਵਿੱਚ ਆਉਣ ਲੱਗੇ ਸੀਗੇ ਤੇ ਜਿਹੜੀ ਡੈਥਸ ਵੀ ਹੈ ਉਹ ਜਿਹੜੀ 10 ਤੋਂ 15 ਮੌਤਾਂ ਡੇਲੀ ਹੋ ਰਹੀਆਂ ਸੀਗੀਆਂ ਉਹ ਵੀ ਘਟ ਕੇ 1 ਜਾਂ 2 ਮੌਤਾਂ ਡੇਲੀ ਹੋਣੀਆਂ ਹੈ ਹੁਣ ਆ ਪਿੱਛੇ ਫੈਸਟੀਵਿਟੀ ਸੀਜ਼ਨ ਦੇ ਵਿੱਚ ਕਾਫੀ ਲੋਕੀ ਇਧਰ-ਉਧਰ ਨਿਕਲੇ ਆ ਕਾਫੀ ਤੇ ਉਹਦੇ ਕਰਕੇ ਫੇਰ ਸਪਾਈਕ ਆ ਰਿਹਾ ਅਸੀਂ ਮੈਂ ਇਸ ਕਰਕੇ ਰੂਬਰੂ ਤੁਹਾਡੇ ਨਾਲ ਬਿਲਕੁਲ ਫੈਸਟੀਵਿਟੀ ਦੇ ਵਿੱਚ ਨਹੀਂ ਹੋਇਆ ਕਿਉਂਕਿ ਅਸੀਂ ਵੀ ਨਹੀਂ ਚਾਹੁੰਦੇ ਸੀ ਕਿ ਲੋਕਾਂ ਦਾ ਕੋਈ ਜਿਹੜਾ ਫੈਸਟਿਵ ਮੂਡ ਦੇ ਵਿੱਚ ਅਸੀਂ ਕੋਈ ਜ਼ਿਆਦਾ ਇਸ ਤਰੀਕੇ ਦੇ ਨਾਲ ਜ਼ਿਆਦਾ ਪ੍ਰੀਕਾਸ਼ਨਸ ਦਈਏ ਬਟ ਹੁਣ ਆਪਾਂ ਨੂੰ ਮੈਨੂੰ ਲੱਗਦਾ ਕਿਉਂਕਿ ਫੈਸਟਿਵ ਸੀਜ਼ਨ ਨਿਕਲ ਗਿਆ ਆਪਾਂ ਸਾਰੇ ਇੱਕ ਵਾਰ ਮਿਲ ਚੁਕੇ ਆ ਤੇ ਕੋਵਿਡ ਦਾ ਹੁਣ ਰਿਸਰਜੈਂਸ ਆ ਰਹੀ ਏ ਥੋੜੀ ਥੋੜੀ ਕਿਉਂਕਿ ਜਲੰਧਰ ਜ਼ਿਲ੍ਹੇ ਦੇ ਵਿੱਚ ਵੀ ਅਸੀਂ ਹੁਣ ਦੇਖ ਰਹੇ ਹਾਂ ਕਿ ਡੇਲੀ ਜਿਹੜੇ ਕੇਸਸ ਹੈ ਹੁਣ 100 ਦੇ ਲੱਗ ਕੇ ਆਣ ਲੱਗੇ ਜਿਹੜੇ 50 60 ਰਹਿ ਗਏ ਸੀਗੇ ਹੁਣ 100 150 ਦੀ ਰੇਂਜ ਦੇ ਵਿੱਚ ਡੇਲੀ ਪੋਜ਼ਿਟਿਵ ਕੇਸ ਆ ਰਹੇ ਨੇ ਤੇ ਸਾਨੂੰ ਹੁਣ ਸਾਨੂੰ ਦੁਬਾਰਾ ਬਹੁਤ ਜ਼ਰੂਰੀ ਏ ਕਿ ਇਸ ਟਾਈਮ ਅਗੇਨ ਅਸੀਂ ਪ੍ਰੀਕਾਸ਼ਨ ਦੀ ਵਰਤੋਂ ਕਰੀਏ ਡੈਥਸ ਵੀ ਜਿਹੜੀ ਹੈਗੀ ਉਹ 2 3 ਮਰੀਜ਼ ਹਸਪੀਟਲਾਂ ਦੇ ਵਿੱਚ ਆ ਰਹੇ ਨੇ ਸੋ ਆਨਾਲੇ ਸਮੇਂ ਦੇ ਵਿੱਚ ਆਪਾਂ ਜ਼ਰੂਰ ਇਹ ਪ੍ਰੀਕਾਸ਼ਨ ਵਧਾ ਲਈਏ ਕਿ ਜਦੋਂ ਤੱਕ ਵੈਕਸੀਨ ਨਹੀਂ ਆਂਦੀ ਜਿੱਥੋਂ ਤੱਕ ਵੈਕਸੀਨ ਦੀ ਗੱਲ ਹੈ ਉਹ ਇੰਡੀਆ ਦੇ ਵਿੱਚ ਪੰਜ ਵੈਕਸੀਨ ਨੇ ਜਿਨ੍ਹਾਂ ਦੇ ਵੱਖ-ਵੱਖ ਸਟੇਜ ਤੇ ਟਰਾਇਲ ਚੱਲ ਰਹੇ ਨੇ ਜਿਨ੍ਹਾਂ ਤੋਂ ਜਿਹੜੇ ਅੱਗੇ ਐਡਵਾਂਸ ਲੈਵਲ ਤੇ ਜਿਹੜੇ ਟਰਾਇਲ ਚੱਲ ਰਹੇ ਨੇ ਉਹ ਇੱਕ ਤਾਂ ਆਕਸਫੋਰਡ ਐਕਸਟਰਾ ਜ਼ੇਨਿਕਾ ਦੀ ਵੈਕਸੀਨ ਹੈ ਜਿਨ੍ਹਾਂ ਦੇ ਫੇਜ਼ 3 ਕਲੀਨिकल ਟਰਾਇਲਸ ਚੱਲ ਰਹੇ ਨੇ ਜਿਹੜੇ ਕਿ ਸਰਮ ਇੰਸਟੀਚਿਊਟ ਆਫ ਇੰਡੀਆ ਦੇ ਥਰੂ ਚੱਲ ਰਿਹਾ ਦੂਜਾ ਇੱਕ ਭਾਰਤ ਬਾਇਓਟੈਕ ਦੀ ਕੋ ਕੋ ਵੈਕਸੀਨ ਹੈ ਉਹਦੇ ਵੀ ਫੇਜ਼ 3 ਕਲੀਨिकल ਟਰਾਇਲਸ ਚੱਲ ਰਹੇ ਨੇ ਤੇ ਉਸ ਤੋਂ علاوہ ਜਿਹੜੀ ਰਸ਼ੀਆ ਦੀ ਸਪੁਤਨਿਕ 5 ਹੈ ਉਹਦੇ ਵੀ ਐਡਵਾਂਸ ਸਟੇਜ ਤੇ ਫੇਸ 3 ਕਲੀਨिकल ਟਰਾਇਲਸ ਚੱਲ ਰਹੇ ਨੇ ਇਹ ਤਿੰਨ ਵੈਕਸੀਨ ਦੇ ਫੇਸ 3 ਕਲੀਨिकल ਟਰਾਇਲ ਚੱਲ ਰਹੇ ਨੇ ਤੇ ਇਸ ਤੋਂ ਇਲਾਵਾ ਦੋ ਵੈਕਸੀਨ ਕੈਡਿਲਾ ਤੇ ਬਾਇਓਲੋਜੀਕਲ ਈ ਨਾਮ ਤੋਂ ਦੋ ਕੰਪਨੀਆਂ ਹੋਰ ਨੇ ਜਿਨ੍ਹਾਂ ਦੇ ਫੇਸ 2 ਦੇ ਵਿੱਚ ਕਲੀਨिकल ਟਰਾਇਲਸ ਤੇ ਜਿਹੜੀ ਸਾਨੂੰ ਮਿਨਿਸਟਰੀ ਆਫ ਹੈਲਥ ਤੋਂ ਇਨਫੋਰਮੇਸ਼ਨ ਗਵਰਨਮੈਂਟ ਆਫ ਇੰਡੀਆ ਤੋਂ ਆ ਰਹੀ ਹੈ ਤੇ ਇਹ ਵੀ ਪਹਿਲਾ ਜਿਹੜਾ ਕੁਆਟਰ ਹੈ ਅਗਲੇ ਸਾਲ ਦਾ ਉਸ ਦੇ ਵਿੱਚ ਐਕਸਪੈਕਟਿਡ ਹੈ ਵੀ ਇਹਦੀ ਇਨੀਸ਼ੀਅਲ ਡੋਸਿਸ ਕੋਈ ਆਨਦਾ ਤੇ ਜਦੋਂ ਤੱਕ ਵੈਕਸੀਨਸ ਦੀ ਡੋਸੇਜ ਪ੍ਰੋਪਰਲੀ ਨਹੀਂ ਆ ਜਾਂਦੀ ਐ ਐਂਡ ਉਸ ਦੇ ਵਿੱਚ ਵੀ ਇਹ ਅੱਗੇ ਕਿਉਂਕਿ ਪੋਪੂਲੇਸ਼ਨ ਨੂੰ ਦੇਖਦੇ ਹੋਏ ਸਭ ਤੋਂ ਪਹਿਲਾਂ ਇਹ ਸ਼ਾਇਦ ਫਰੰਟ ਲਾਈਨ ਵਰਕਰਸ ਲਈ ਅਵੇਲੇਬਿਲਿਟੀ ਹੋਵੇ ਐਂਡ ਹੌਲੀ ਹੌਲੀ ਇਹਦੀ ਅਵੇਲੇਬਿਲਿਟੀ ਸਾਰਿਆਂ ਤੱਕ ਪਹੁੰਚਾਉਂਦੇ ਪਹੁੰਚ ਜਾਂਦੇ ਜਦੋਂ ਤੱਕ ਇਹ ਸਾਰਾ ਨਹੀਂ ਹੋ ਜਾਂਦਾ ਤੋ ਸਾਨੂੰ ਬਹੁਤ ਬਹੁਤ ਪ੍ਰੀਕਾਸ਼ਨਸ ਲੈਣ ਦੀ ਲੋੜ ਹੈ ਜਿਹੜੀ ਹਸਪੀਟਲਸ ਦੇ ਵਿੱਚ ਬੈਡ ਦੀ ਅਵੇਲੇਬਿਲਿਟੀ ਹੈਗੀ ਉਹ ਸਾਡੇ ਕੋਲ ਸਫੀਸ਼ੀਐਂਟ ਹੈ ਅੱਜ ਦੀ ਡੇਟ ਦੇ ਵਿੱਚ ਵੀ ਜਿਹੜੇ ਸਾਡੇ ਕੋਲ 85% ਬੈਡ ਪਾਈਪਡ ਆਕਸੀਜਨ ਦੇ ਤੇ ਆਈਸੀਯੂ ਬੈਡਸ ਉਹ ਵੇਕੈਂਟ ਨੇ ਤੋਂ ਇਸ ਤਰੀਕੇ ਨਾਲ ਕੋਈ ਘਬਰਾਣ ਦੀ ਲੋੜ ਨਹੀਂ ਬੈਡਸ ਦੇ ਕੋਲ ਪਰ ਕਿਉਂਕਿ ਆਪਾਂ ਦਿੱਲੀ ਦਾ ਟ੍ਰੈਂਡ ਦੇਖ ਲਈਏ ਪਿਛਲੇ ਆ ਹਫਤੇ 10 ਦਿਨਾਂ ਦੇ ਵਿੱਚ ਡੇਲੀ ਅਸੀਂ ਦੇਖ ਰਹੇ ਹਾਂ ਦਿੱਲੀ ਦੇ ਵਿੱਚ 6000 ਤੋਂ 8000 ਕੇਸਿਸ ਡੇਲੀ ਆ ਰਹੇ ਨੇ ਪਹਿਲੇ ਕਦੇ ਦਿੱਲੀ ਦੀ ਜਿਹੜੀ ਪਹਿਲੀ ਪੀਕ ਸੀਗੀ ਉਹਦੇ ਵਿੱਚ ਜੂਨ 23 ਨੂੰ ਮੈਨੂੰ ਹੁਣ ਵੀ ਯਾਦ ਹੈ ਉਹਦੇ ਵਿੱਚ ਦਿੱਲੀ ਦੇ ਵਿੱਚ ਕੱਲੇ 3800 3900 ਕੇਸ ਆਏ ਸੀਗੇ ਤੇ ਹੁਣ ਕਾਫੀ ਜਿਆਦਾ ਕੇਸ ਦਿੱਲੀ ਦੇ ਵਿੱਚ ਆ ਰਹੇ ਨੇ ਸਾਨੂੰ ਦੇਖਣ ਦੇ ਵਿੱਚ ਆਇਆ ਕਿ ਜਿਹੜਾ ਦਿੱਲੀ ਦੇ ਵਿੱਚ ਟ੍ਰੈਂਡ ਆਂਦਾ ਹੈ ਉਹਦਾ ਫਿਰ 1 ਮਹੀਨੇ ਬਾਅਦ ਤਕਰੀਬਨ ਉਹ ਫਿਰ ਜਿਹੜੇ ਟਾਇਰ 2 ਮੈਟਰੋਸ ਦੇ ਵਿੱਚ ਉਹ ਟ੍ਰੈਂਡ ਦੇਖਣ ਨੂੰ ਮਿਲਦਾ ਸੋ ਇਸ ਕਰਕੇ ਜ਼ਰੂਰੀ ਆਪਾਂ ਪ੍ਰੀਕਾਸ਼ਨਸ ਵੀ ਲੈਂਦੇ ਰਹੀਏ ਤਾਂ ਕਿ ਆਪਣੀ ਕੋਈ ਇਦਾਂ ਦੀ ਗੱਲ ਨਾ ਹੋਵੇ ਕਿ ਬਾਅਦ ਦੇ ਵਿੱਚ ਕੋਈ ਆਪਣੇ ਹੋਰ ਪ੍ਰੋਹਿਬਿਟਰੀ ਆਰਡਰਸ ਦੇ ਨਾਲ ਕੋਈ ਬਿਜ਼ਨਸ ਐਕਟੀਵਿਟੀ ਨੂੰ ਸਾਨੂੰ ਰੋਕਣਾ ਪਵੇ ਤੇ ਇਸ ਕਰਕੇ ਮੈਂ ਆਹੀ ਅਪੀਲ ਕਰਦਾ ਆਪ ਜੀ ਨੂੰ ਕਿ ਇਸ ਟਾਈਮ ਸਾਡੀ ਐਕਸਪੈਕਟਿਡ ਹੈ ਵੀ ਕੋਵਿਡ ਦੇ ਕੇਸਸ ਦੇ ਵਿੱਚ ਸਰਜ ਆ ਸਕਦੀ ਹੈ ਤੇ ਆਪਾਂ ਸਾਰੇ ਪ੍ਰੀਕਾਸ਼ਨਸ ਤੇ ਸੋਸ਼ਲ ਡਿਸਟੈਂਸਿੰਗ ਤੇ 마ਸ ਵਗੈਰਾ ਸਾਰੀ ਦੀ ਵਰਤੋਂ ਜ਼ਰੂਰ ਕਰੀਏ ਥੈਂਕ ਯੂ ਧੰਨਵਾਦ ਤੁਹਾਡਾ ਬਹੁਤ ਬਹੁਤ